ਸਾਡਾ ਨਾਲ ਕੈਂਚੀ ਫੇਰ ਦੇ ਤੇ ਦਾੜੀ ਤੇ ਮਸ਼ੀਨ ਫੇਰ ਦੇ ਤੇ ਉਸ ਤੋਂ ਬਾਅਦ ਹੀ ਮੈਂ ਪੱਪੂ ਬਣਾ ਦੇ ਤੇ ਯੂਟਿਊਬਰ ਅਸਲਾਮ ਅਲੈਕੁਮ ਵੀਵਰ ਕਿਆ ਨੇ ਠੀਕ ਹੋ ਤੁਸੀਂ ਅਸੀਂ ਠੀਕ ਹੈ ਮੈਂ ਹਾਂ ਸ਼ਾਮ ਸੇ ਤੁਸਾਂ ਲੈ ਲਿਖੋ ਮੇਰੇ ਯੂਟਿਊਬ ਚੈਨਲ ਮਹਾਰ ਸ਼ਾਮ ਸੇ ਅੱਜ ਮਜ਼ਦਾ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਹੀ ਜਾ ਮੇਰੇ ਯੂਟਿਊਬ ਚੈਨਲ ਕੋ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਕਰ ਕੇ ਸੋ ਤੇ ਫੇਸਬੁੱਕ ਤੇ ਵੀ ਫੇਸਬੁੱਕ ਤੇ ਮੇਰੇ ਪੇਜ ਕੋ ਫੋਲੋ ਕਰੇ ਸੋ ਤਾਂ ਕਿ ਜਿਹੜੀ ਨਵੀਂ ਆਉਣ ਵਾਲੀ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੰਨ ਪਹੁੰਚੇ ਤੇ ਵੀਵਰਸ ਅੱਜ ਦਾ ਜਿਹੜਾ ਮੌਸਮ ਹੈ ਸਾਡੇ ਜ਼ਿਲ੍ਹੇ ਲਈ ਇਹਦਾ ਤੇ ਮਹੂੰ ਮਤਾਰੇ ਤੇ ਵਲੌਗ ਬਣਾਉਣ ਤੇ ਬਹੁਤ ਮਜ਼ਾ ਆਉਂਦਾ ਪਈ ਅੱਜ ਤੋਂ ਕੁੰਡੀ ਖੇ ਨੇ ਅਸਾਂ ਤਿਆਰੀ ਸ਼ਿਆਰੀ ਕੀਤੀ ਖੜੇ ਹੈ ਤੇ ਸਾਰੀ ਅੱਜ ਤਿਆਰੀ ਹੈ ਰਫੀਕਾ ਬਾਅਦ ਬੈਠੋ ਕਿ ਸਾਰੇ ਵਾਲ ਵਿਸ਼ਾਲ ਵੱਡੇ ਥੈ ਵਦਨ ਇੱਕ ਟੈਸੂ ਤੇ ਉਸ ਤੋਂ ਬਾਅਦ ਇੱਥੇ ਜਲੇਬੀਆਂ ਖਾਸੂ ਤਵਗੋ ਪਿਛਲੀ ਵੀ ਰਸਾ ਤਾਂ ਹੈ ਕਿ ਅਸਾਂ ਰਫੀਕਾ ਬਾਅਦ ਬਣੂ ਨਾ ਤੇ ਸਾਡਾ ਜਲੇਬੀਆਂ ਖਾਣ ਤੇ ਬਹੁਤ ਦੀ ਲੱਦ ਹੈ ਤੇ ਨਾ ਖਾਉਂ ਤੇ ਸਾਡੀ ਰਸਾ ਕੋ ਰਾਤ ਕੋ ਨੀਂਦ ਨਹੀਂ ਆਉਂਦੀ ਤੇ ਹੁਣ ਤੋਂ ਕੁਝ ਕਹਿੰਦੇ ਇਹ ਮੰਜੀ ਇਹ ਵਿਵਸਤ ਤੁਸਾਂ ਮੰਜੀ ਦੇ ਪਏ ਸੋ ਕਿ ਆਈਂਦੀ ਅਸਾਂ ਕਰਨੀ ਸ਼ੋਰਟ ਵੀਡੀਓ ਦੀ ਸ਼ੂਟਿੰਗ ਹੁਣ ਤਕਰੀਬਨ ਅਸਾਂ ਸ਼ਾਮੀ ਆ ਕੇ ਤੇ ਸ਼ੂਟਿੰਗ ਕਰੇ ਸੂੰ ਤੇ ਬਾਅਦ ਅਸਾਂ ਵੀਡੀਓ ਸ਼ੋਰਟ ਅਪਲੋਡ ਕਰਦੇ ਸੂੰ ਤੁਸਾਂ ਲਾਜ਼ਮੀ ਦੇਖਣਾ ਹੈ ਤੇ ਹੁਣ ਜੁਲਦੇ ਪਏ ਅਸਾਂ ਰਫੀਕਾ ਬਾਅਦ ਸਾਡਾ ਨਾਲ ਕੈਂਚੀ ਫੇਰ ਦੇ ਤੇ ਦਾੜੀ ਤੇ ਮਸ਼ੀਨ ਫੇਰ ਦੇ ਤੇ ਉਸ ਤੋਂ ਬਾਅਦ ਹੀ ਮੈਂ ਪੱਪੂ ਬਣਾ ਦੇ ਤੇ ਯੂਟਿਊਬਰ ਤੁਸਾਂ ਹੁਣ ਦੇ ਪਏ ਸੋ ਕਿ ਅਸਾਂ ਆਪਣੂੰ ਕਟਿੰਗ ਕਰਾ ਕੇ ਦੀਏ ਤੇ ਥੋਕ ਪਤਾ ਹੀ ਕਿ ਥੋਕ ਪਤਾ ਤਾਂ ਹੈ ਕਿ ਅਸਾਂ ਜਲੇਬੀਆਂ ਨਾ ਖਾਓ ਨਾ ਤੇ ਸਾਕੂ ਨੀਂਦ ਨਹੀਂ ਆਉਂਦੀ ਅਸਾਂ ਹੁਣ ਖਾਂਦੇ ਪਏ ਇਹ ਜਲੇਬੀਆਂ ਇਹ ਵੀ ਵਰਤ ਸਾਂ ਖਾਣੀ ਹੈ ਤਾਂ ਆਪ ਨਹੀਂ ਹੋ ਜੀ ਬਿਸਮਿਲਾ ਸਭ ਤੋਂ ਸਾਂ ਖਾਣੀ ਹੈ ਕੋਈ ਨਹੀਂ ਤਾਂ ਮੈਂ ਖਾਂਦਾ ਵਿਵਸ ਹੁਣ ਦੇ ਪਏ ਸੋ ਕਿ ਅਸੀਂ ਕਟਿੰਗ ਸ਼ੂਟਿੰਗ ਕਰਾਈਏ ਤੇ ਹੁਣ ਮੋਟਰਸਾਈਕਲ ਗਿਣ ਕੇ ਤੇ ਘਰ ਮੈਂਦੇ ਪਏ ਦੇਖ ਘਰ ਮੈਂ ਮਿਲਸੂ ਵੈਸੇ ਰਫੀਕਾਬਾਦ ਅਤੇ ਰਫੀਕਾਬਾਦ ਥੋੜ੍ਹੀ ਜਿਹਾ ਕੰਮ ਹੀ ਹੈ ਅਤੇ ਕੋਈ ਥੋੜ੍ਹੇ ਬਹੁਤ ਵਾਲ ਹੀ ਕਟਾਉਣੇ ਹਨ ਅਤੇ ਉਹ ਕਟਾਏ ਸੀ ਅਤੇ ਬੈਲੈਂਸ ਕਰਾਉਣਾ ਹੀ ਉਹ ਕਰਾਏ ਅਤੇ ਤੁਸੀਂ ਡਿੱਠਾ ਸੀ ਕਿ ਪਹਿਲੇ ਮੇਰੀ ਸ਼ਿਕਲ ਕਿਵੇਂ ਆਈ ਅਤੇ ਹੁਣ ਮੈਂ ਕਿਵੇਂ ਲੱਗਦਾ ਵਾ ਇਹ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਹੈ ਤਾਂ ਕਿ ਮੈਂ ਕੋਈ ਪਤਾ ਹੋਵੇ ਕਿ ਮੇਰੇ ਵਿਵਰਾਂ ਕੋ ਕਟਿੰਗ ਪਸੰਦ ਆਈਏ ਜਿਹਨੇ ਕੋਲ ਮੈਂ ਕਟਾਵਣ ਗਿਆ ਨਾ ਉਹ ਬਹੁਤ ਵੱਡਾ ਸਾਡੇ ਜ਼ਿਲ੍ਹੇ ਲਈ ਇਹਦਾ ਬਹੁਤ ਵੱਡਾ ਨਾਈਏ ਜਾਨੀ ਨਾਈ ਤੂੰ ਬਹੁਤ ਮਸ਼ਹੂਰ ਹੈ ਇਤਨਾ ਮਸ਼ਹੂਰ ਹੈ ਇਤਨਾ ਮਸ਼ਹੂਰ ਹੈ ਹੁਣ ਤੁਹਾਨੂੰ ਦੱਸਿਆ ਕਿ ਪੂਰੇ ਜ਼ਿਲ੍ਹੇ ਲਈ ਇਹਦਾ ਬਹੁਤ ਵੱਡਾ ਮਸ਼ਹੂਰ ਹੈ ਮਸ਼ਹੂਰ ਆਦਮੀ ਅਤੇ ਮੈਂ ਸਪੈਸ਼ਲ ਉਹਦੇ ਕੋਲ ਗਈ ਹਾਂ ਪਹਿਲੀ ਵਾਰ ਅਤੇ ਹੁਣ ਤੁਸੀਂ ਦੇ ਮਾਸ਼ਾਅੱਲਾ ਅਤੇ ਅੱਜ ਪਹਿਲੀ ਵਾਰੀ ਮਸ਼ੀਨ ਇੱਥੇ ਫਿਰਾਈ ਹੈ ਦਾੜੀ 'ਤੇ ਅਤੇ ਬਹੁਤ ਛੋਟੇ ਛੋਟੇ ਲੱਗ ਗਏ ਅਤੇ ਮੇਰੀ ਇਵੇਂ ਸ਼ਿਕਲ ਚੇਂਜ ਥੀ ਗਈ ਨਾ ਵਿਵਰਸ ਅਤੇ ਮੈਂ ਕੋਈ ਆਪ ਕੋ ਮਲੂਮ ਨਹੀਂ ਥੀਂਦਾ ਮੈਂ ਹਾਂ ਅਤੇ ਉਹ ਮਾਸ਼ਾਅੱਲਾ ਇਵੇਂ ਕਟਿੰਗ ਕਰੇ ਸੀ ਇਵੇਂ ਕਟਿੰਗ ਕਰੇ ਸੀ ਜਿਵੇਂ ਬੁੱਢਣਾ ਬੰਦਾ ਹੈ ਨਾ ਉਹ ਬੁੱਢੇ ਕੋਈ ਜਵਾਨ ਕਰਦੇ ਸੀ ਜਿਹੜਾ ਹੈ ਨਾ ਜਵਾਨ ਕੋ ਕਿ ਥੀਂਦੇ ਅਤੇ ਮੈਂ ਅੱਜ ਬਹੁਤ ਸ਼ੌਕ ਤੇ ਉਹਦੇ ਕੋਲ ਗਈ ਹਾਂ ਕਟਿੰਗ ਕਰਾਵਣ ਅਤੇ ਉਸ ਵਾਸਤੇ ਹੁਣ ਵਾਲਾ ਹੈ ਕੋਈ ਜਲੇਬੀਆਂ ਸ਼ਲੇਬੀਆਂ ਖਾਧੀਆਂ ਜਲੇਬੀਆਂ ਖਾ ਕੇ ਵਾਪਸੀ ਆ ਹੈ ਅਤੇ ਹੁਣ ਅਸਾਂ ਆਖੇ ਥੋੜ੍ਹੇ ਜਿਹੇ ਮਾਹੌਲ ਹੀ ਫਿਰ ਗਿਨੂੰ ਅਜੇ ਗਿਨੂੰ ਮਾਹੌਲ ਦੇ ਸਾਡੇ ਦੇ ਪਾਸੋਂ ਵੀ ਫਸਲਾਂ ਕਿਸਾਨਾਂ ਦੀਆਂ ਅਤੇ ਤੁਹਾਨੂੰ ਪਤਾ ਦੇ ਕਿਸਾਨਾਂ ਦੀ ਕਿਤਨੀ ਮਿਹਨਤ ਹੁੰਦੀ ਹੈ ਬਹੁਤ ਮਿਹਨਤ ਕਰੇ ਨੇ ਕਿਸਾਨ ਅਤੇ ਸਭ ਤੋਂ ਪਹਿਲੇ ਇਹਦੀ ਬਿਜਾਈ ਥੀਂਦੀ ਹੈ ਬਿਜਾਈ 'ਚ ਬਹੁਤ ਔਖਾ ਟਾਈਮ ਲੱਗਦਾ ਅਤੇ ਉਸ ਤੋਂ ਬਾਅਦ ਇਹ ਖਾਦਾਂ ਪਾਉਂਦੀਆਂ ਨੇ ਅਤੇ ਪਾਣੀ ਲੱਗਦੇ ਨੇ ਵਿਵਰਸ ਅੱਧੀ ਅੱਧੀ ਰਾਤ ਨੂੰ ਕਿਸਾਨ ਪਾਣੀ ਲਾਉਣ ਵੈਂਦੇ ਨੇ ਅਤੇ ਤੁਸੀਂ ਅੱਧੀ ਰਾਤ ਕੋ ਉਠੀਂਦੇ ਹੋ ਨਹੀਂ ਉਠੀਂਦੇ ਅਤੇ ਬਹੁਤ ਮਿਹਨਤ ਹੈ ਕਿਸਾਨ ਦੀ ਅਤੇ ਜਿਹੜੀ ਇਹਨਾਂ ਕਣਕ ਦਾ ਰੇਟ ਇਹ ਇਵੇਂ ਠਾਇਆ ਪੈਂਦਾ ਵਿਵਰਸ ਅਤੇ ਬਾਕੀ ਕਿਸਾਨ ਨਹੀਂ ਬਚਾ ਤਾਂ ਇਹਦੀ ਕਿਸਾਨਾਂ ਕੋਲ ਅਤੇ ਜਿਹੜੇ ਤਾਂ ਇਹਨਾਂ ਮਜ਼ਦੂਰ ਅਤੇ ਉਹਨਾਂ ਕੋਲ ਮਜ਼ਦੂਰ ਕੁਛ ਨਹੀਂ ਬਚਦੀ ਬਸ ਜਿਹੜਾ ਬੰਦਾ ਅਮੀਰ ਹੈ ਰੋਟੀ ਖਾਂਦਾ ਪਏ ਜਿਹੜਾ ਬੰਦਾ ਗਰੀਬ ਹੈ ਤਾਂ ਹੀ ਰੋਟੀ ਖਾਂਦਾ ਪਏ ਚਲੋ ਹੁਣ ਅਸਾਂ ਕੋਈ ਮਾਲ ਦੇ ਪੱਠੇ ਹੀ ਪਾਉਣੇ ਅਤੇ ਉਸ ਤੋਂ ਬਾਅਦ ਪੱਠੇ ਪਹਿਨੇ ਅਤੇ ਵੱਧ ਵੱਖ ਮਿਲਦੇ ਹੈ ਬਸ ਜਾਂ ਪਿਛਲੀ ਵੀਡੀਓ ਨਹੀਂ ਦਿੱਤੀ ਜੇ ਮੈਂ ਪਿੱਛਾ ਮੈਂ ਕਦੇ ਕਿ ਸੋ ਕਿ ਪਿਛਲੀ ਵੀਡੀਓ ਬਹੁਤ ਮਜ਼ੇਦਾਰ ਰਹੀ ਉਹਨੇ ਵੀ ਸਾਕੂਨ ਲੱਭਾ ਹੀ ਖਜ਼ਾਨਾ ਅਤੇ ਅਸਾਂ ਉਮੀਦ ਥੀ ਗਿਆ ਸੀ ਅਤੇ ਉਹ ਜਾਂ ਨਹੀਂ ਦਿੱਤੀ ਪਿੱਛਾ ਮੈਂ ਕਦੇ ਕਿ ਸੋ ਅਤੇ ਅੱਛਾ ਹੁਣ ਵੀਡੀਓ ਦੀ ਕਰੇਂਦੇ ਪਏ ਐਂਡ ਅਤੇ ਜਿਹੜੇ ਮੇਰੇ ਨਵੇਂ ਯੂਟਿਊਬ ਚੈਨਲ 'ਤੇ ਹਨ ਮੇਰੇ ਚੈਨਲ ਕੋ ਲਾਈਕ ਸਬਸਕ੍ਰਾਈਬ ਫੋਲੋ ਕਮੈਂਟ ਸ਼ੇਅਰ ਲਾਜ਼ਮੀ ਕਰੇ ਸੋ ਅਤੇ ਅੱਜ ਦੀ ਵੀਡੀਓ ਬਸ ਇਤਨੀ ਹੀ ਮਿਲਦੇ ਹਾਂ ਕੱਲ੍ਹ ਦੀ ਵੀਡੀਓ ਓਕੇ ਅੱਲਾ ਹਾਫਿਜ਼।
अपना ख्याल रखा है। बाय।